ਵੀਰ ਸੁਬਹ ਤਕਰੀਬਨ 4:15 ਦਾ ਟਾਈਮ ਹੋ ਚੁੱਕਿਆ। ਟਾਈਮ ਕਿਤੇ ਗਿਆ ਜੀ, ਇਹ ਦੇਖੋ 4:13, ਤਾਰੀਖ ਹੈ 15/7 ਔਰ 29°C ਗ੍ਰੇਡ। ਅਚਾਨਕ ਐਮਰਜੈਂਸੀ ਸਾਨੂੰ ਘਰ ਵਾਪਸ ਜਾਣਾ ਪੈਂਦਾ ਪਿਆ। ਠੀਕ ਹੈ, ਚੱਲ ਕੇ ਦੱਸਦੇ ਹਾਂ ਕਿਉਂ ਜਾਣਾ ਪੈਂਦਾ ਪਿਆ, ਕੀ ਮਸਲਾ, ਕੀ ਰੌਲਾ ਨਹੀਂ ਹੈ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਅਸਲਾਮ ਅਲੈਕੁਮ, ਕੀ ਹਾਲ ਨੇ ਸਾਰਿਆਂ ਦੇ? ਅਲਹਮਦੁਲਿਲਾਹ, ਅਸੀਂ ਬਿਲਕੁਲ ਠੀਕ ਠਾਕ। ਸਾਡੀ ਦੁਆ ਸਾਡੇ ਦੇਖਣਾ ਚਾਹੀਦੇ ਹਨ, ਖੁਸ਼ ਨਾ ਬਾਦ ਰਹਿਣ, ਹਮੇਸ਼ਾ ਦਿਵਸਤੇ ਰਹਿਣ, ਅੱਲਾਹ ਪਾਕ ਸਭ ਨੂੰ ਸਲਾਮਤ ਰੱਖੇ, ਆਮੀਨ ਸੁਮਾ ਆਮੀਨ। ਅਤੇ ਟਾਈਮ ਜਿਹੜਾ ਤਕਰੀਬਨ ਹੋ ਚੁੱਕਿਆ ਜੀ 5:52, 7 ਤੋਂ ਪਹਿਲੇ ਪਹਿਲੇ ਇਨਸ਼ਾਅੱਲਾ ਤਾਲਾ ਘਰ ਪਹੁੰਚਣਾ, ਕਿਉਂਕਿ ਉਹਦੀ ਸਾਰੀ ਰੀਜ਼ਨ ਜਿਹੜੀ ਤੁਹਾਡੇ ਨਾਲ ਅੱਗੇ ਚੱਲ ਕੇ ਸ਼ੇਅਰ ਕਰਾਂਗੇ। ਐਮਰਜੈਂਸੀ ਜਿਹੜਾ ਸਾਨੂੰ ਕਿਉਂ ਆਉਣਾ ਪਿਆ, ਕਿਸ ਵਜ੍ਹਾ ਤੋਂ ਆਉਣਾ ਪਿਆ। ਅਤੇ ਸੁਬਹ ਤਕਰੀਬਨ 4:13 'ਤੇ ਅਸੀਂ ਚੱਲੇ ਹੋਏ ਹਾਂ। ਹੁਣ ਇੱਥੇ ਇੱਕ ਛੋਟੇ ਜਿਹੇ ਬਲਕਿ ਕਾਫੀ ਸਾਰਾ ਬੜਾ ਹੋਟਲ ਹੈ, ਇੱਥੇ ਰੁਕੇ ਹਾਂ। ਅਲੀ ਨਾਸ਼ਤੇ 'ਚ ਭਾਰ ਕਹਿ ਰਿਹਾ ਸੀ ਕਿ ਨਾਸ਼ਤਾ ਮੈਂ ਕਰਨਾ ਹੈ, ਨਾਸ਼ਤੇ ਬਗੈਰ ਮੇਰੇ ਕੋਲ ਸਫ਼ਰ ਨਹੀਂ ਹੋ ਰਿਹਾ। ਫਿਰ ਇੱਕ ਪਰਾਂਠੇ ਦਾ ਆਰਡਰ ਕੀਤਾ ਅਤੇ ਚਾਏ ਨਾਲ, ਉਹਨੇ ਖਾਣਾ, ਮੈਂ ਤਾਂ ਨਹੀਂ ਅਜੇ ਭੋਗ, ਚਾਏ ਨਾਲ ਮੈਂ ਲੈ ਲੈਂਦੇ ਹਾਂ ਅਤੇ ਨਾਲ ਇੱਕ ਪਰਾਂਠਾ ਲੈ ਲੈਂਦੇ ਹਾਂ। ਕਿਸ਼ਾ ਬੇਸਕਟ ਇੱਥੇ ਕੋਈ ਨਹੀਂ ਆਣ ਕੇ, ਪਰਾਂਠਾ ਹੀ ਹੈ, ਉਹ ਵੀਰਾਂ ਕਿਨਾਂ ਲੈ ਲਓ, ਚਲੀਏ। ਹਾਂ, ਫਿਰ ਅੱਗੇ ਘਰ ਚੱਲ ਕੇ ਅਤੇ ਚਾਟ ਤਾਂ ਨਾਸ਼ਤਾ ਪਾਣੀ ਕਰ ਲਈ ਸਾਂ ਅਤੇ ਨਿਕਲਣ ਕਰੀਏ, ਕਿਉਂਕਿ ਹਜੇ ਤਕਰੀਬਨ ਸਾਨੂੰ 1 ਘੰਟਾ ਲੱਗ ਜਾਣਾ ਹੈ ਕਿ 5:53 ਹੋ ਚੁੱਕੇ ਨੇ ਇਨਸ਼ਾ ਅੱਲਾ ਤਾਲਾ। ਪਰਾਂਠੇ ਦਾ ਕੁਛ ਇਸ ਤਰ੍ਹਾਂ ਸਟਾਈਲ ਹੈ ਭਾਈ ਸਾਹਿਬ, ਹੈ ਖਾ ਗਾ ਲਈ ਅਲੀ, ਖਾ ਗਾ ਚਾਰ ਅਤੇ ਚਟਣੀ ਨਾਲ ਚਾਹ ਲਵਣੀ। ਸਰਪ੍ਰਾਈਜ਼ ਘਰ ਪਹੁੰਚ ਆਏ, ਸਰਪ੍ਰਾਈਜ਼ ਘਰ ਪਹੁੰਚੇ। ਅਸੀਂ ਕੇ ਪਾਰੂ ਆਏ ਆ, ਸਭ ਤੋਂ ਪਹਿਲੇ ਤਾਂ ਫੋਨ ਕਰਨੇ ਉਸ ਭਾਈ ਨੂੰ ਜਿਹੜੀ ਵਜ੍ਹਾ ਤੋਂ ਅਸੀਂ ਆਏ ਹਾਂ, ਅਤੇ ਸਰਪ੍ਰਾਈਜ਼ ਜਿਹੜਾ ਹੈ ਨਾ ਉਹ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ। ਐਮਰਜੈਂਸੀ ਔਰ ਸਰਪ੍ਰਾਈਜ਼, ਠੀਕ ਹੈ ਨਾ, ਦੋਨੋਂ ਚੀਜ਼ਾਂ ਹੀ ਸਮਝੋ। ਐਮਰਜੈਂਸੀ ਤਾਂ ਹੀ ਬਣੀ ਹੈ, ਮਤਲਬ ਇੱਕ ਸਰਪ੍ਰਾਈਜ਼ ਇੱਕ ਯਕਦਮ ਬਣ ਗਿਆ। ਅਤੇ ਬਾਕੀ ਵੀਡੀਓ ਤੁਸੀਂ ਨਾਲ ਰਹਿਣਾ, ਭਾਈ ਸਾਹਿਬ ਨੂੰ ਕਾਲ ਕਰਨੇ ਆ। ਭਾਈ ਸਾਹਿਬ ਤਾਂ ਫੋਨ ਚਾਹ ਨਹੀਂ ਰਹੇ, 3-4 ਕਾਲਾਂ ਕੀਤੀਆਂ ਨੇ। ਅਤੇ ਅਸਲ ਸਾਡੇ ਨਾ 3 ਬੋਰੇ UK ਤੋਂ ਕਾਫੀ ਟਾਈਮ ਦੇ ਤੁਰੇ ਹੋਏ ਨੇ, ਤੁਰਦੇ ਤੁਰਦੇ ਰਾਜ ਖਲੋਂਦੇ ਤੁਰਦੇ। ਅਤੇ ਰਾਤ ਨੂੰ ਉਸ ਭਾਈ ਸਾਹਿਬ ਦਾ ਫੋਨ ਆਇਆ ਕਿ ਸੁਬਹ 7 ਜਿਹੜਾ ਨਾ ਤੁਸੀਂ ਸਮੁੰਦਰੀ ਆ ਕੇ ਆਪਣੇ ਪਾਰਸਲ ਰਿਸੀਵ ਕਰ ਲੈਣਾ। ਲੇਕਿਨ ਹੁਣ ਫੋਨ ਨਹੀਂ ਚਾਹ ਰਿਹਾ, ਤਕਰੀਬਨ 7 ਖੜ੍ਹੇ ਨੇ ਅਤੇ ਪਤਾ ਨਹੀਂ ਕਿਤੇ ਸੁੱਤਾ ਪਿਆ ਕਿ ਕੀ ਮਸਲਾ ਹੈ। ਖੈਰ ਆਪੇ ਹੁਣ ਫੋਨ ਕਰ ਲਵੇਗਾ, ਉਨ੍ਹਾਂ ਚਿਰ ਮੈਂ ਨਾ ਧੋ ਲਵਾਂ, ਕਿਉਂਕਿ ਸਾਰਾ ਮਿੱਟੀ ਉਹ ਗੱਟੀ ਹੋਇਆ ਪਿਆ। ਸਪੀਡ ਨਾਲ ਆਏ ਹਾਂ ਅਸੀਂ, ਇੰਨੀ ਸਪੀਡ ਨਾਲ ਅਸੀਂ ਕਦੀ ਨਹੀਂ ਮਤਲਬ ਮੋਟਰਸਾਈਕਲ ਚਲਾਏ। ਅਤੇ ਸਾਨੂੰ ਤਕਰੀਬਨ 2.5 ਘੰਟੇ ਲੱਗੇ ਨੇ ਆਉਂਦੇ ਆਉਂਦੇ, ਅਤੇ ਅਸੀਂ ਜ਼ਿਆਦਾ ਕਮ ਅਜ਼ ਕਮ ਜਿਹੜਾ ਨਾ 3-3.5 ਘੰਟਿਆਂ 'ਚ ਪਹੁੰਚਦੇ ਹੁੰਦੇ ਹਾਂ। ਬਹਰਹਾਲ ਨਾ ਧੋ ਲੈਂਦੇ ਹਾਂ, ਉਸ ਤੋਂ ਬਾਅਦ ਭਾਈ ਸਾਹਿਬ ਦਾ ਵੀ ਫੋਨ ਆ ਜਾ ਅਸੀਂ ਇਨਸ਼ਾਅੱਲਾ ਤਾਲਾ ਕਾਰਗੋ ਵਾਲੇ ਦਾ,
ਪਾਰਸਲ ਰਿਸੀਵ ਕਰਕੇ ਲੈ ਆਵਾਂਗੇ, ਫਿਰ ਤੁਹਾਨੂੰ ਦਿਖਾਵਾਂਗੇ ਜੀ ਜ਼ਰੂਰ ਇਨਸ਼ਾਅੱਲਾ। ਅੱਛਾ ਆ ਗਏ ਹੋ ਤੁਸੀਂ ਜੀ, ਤੁਸੀਂ ਕਿੱਥੇ ਕੋ? ਅਸੀਂ ਪਹੁੰਚ ਆਉਂਦੇ ਹਾਂ 10 ਮਿੰਟਾਂ 'ਚ। ਚਲੋ ਠੀਕ ਹੈ ਜੀ, 7:30 ਆਉਂਦੇ ਪੈਣਾ ਸੀ, ਇਨਸ਼ਾਅੱਲਾ 8 ਵਜੇ ਪਹੁੰਚ ਆਉਂਦੇ ਹਾਂ। ਠੀਕ ਹੈ ਜੀ, ਮਿਹਰਬਾਨੀ ਸਰ। ਭਾਈ ਸਾਹਿਬ ਨੇ ਸਾਨੂੰ ਦਿੱਤਾ ਸੀ ਟਾਈਮ 7 ਵਜੇ ਦਾ, ਲੇਕਿਨ ਹੁਣ ਕਹਿ ਰਿਹਾ ਕਿ 8 ਵੱਜ ਜਾਣੇ, ਕਿਉਂ ਫਿਰ ਕਿਤੇ ਰਾਹ ਸੌਂ ਗਿਆ, ਕਿਉਂ ਪਤਾ ਨਹੀਂ ਕਿੱਥੋਂ ਚੱਲੇ ਹੁੰਦੇ ਵਿਚਾਰੇ ਡਰਾਈਵਰਾਂ ਦਾ। ਤੁਹਾਨੂੰ ਪਤਾ ਹੈਗਾ ਕਰਾਚੀਓਂ ਚੱਲਦੇ ਨੇ ਲਾਹੌਰ, ਲਾਹੌਰੋਂ ਫਿਰ ਫੈਸਲਾਬਾਦ, ਅੱਗੇ ਫਿਰ ਮਤਲਬ ਜਗ੍ਹਾ ਜਗ੍ਹਾ 'ਤੇ ਜਾਣਾ ਹੁੰਦਾ, ਅਤੇ ਰਸਤੇ 'ਚ ਜਦੋਂ ਸੌਂ ਗਿਆ 7 ਵਜੇ ਦਾ, ਵੈਸੇ ਰਾਤੀ ਨੂੰ ਟਾਈਮ ਦਿੱਤਾ ਸੀ, ਅਸੀਂ ਤਾਂ 7 ਵਜੇ ਇੱਥੇ ਘਰ ਪਹੁੰਚ ਆਏ ਸੀ 7 ਵਜੇ ਤੋਂ ਪਹਿਲੇ, ਅਤੇ ਬਹਰਹਾਲ ਹਜੇ ਅੱਧਾ ਘੰਟਾ ਹੈਗਾ, ਅਤੇ ਉਹਨਾਂ ਚਿਰ ਸਮਝੋ ਕਿ ਨਾ ਆਰਾਮ ਕਰਨੇ ਆ, ਹਵਾ ਸ਼ਵਾ ਲੈਂਦੇ ਹਾਂ, ਅਤੇ ਬਾਅਦ 'ਚ ਚੱਲ ਕੇ ਪਤਾ ਕਰਕੇ ਅਤੇ ਪਾਰਸਲ ਲੈ ਕੇ ਆਉਂਦੇ, ਫਿਰ ਇਨਸ਼ਾਅੱਲਾ ਓਪਨ ਕਰਕੇ ਤੁਹਾਨੂੰ ਦਿਖਾਵਾਂਗੇ। ਸਹੀ ਹੈ, ਅਸਲਾਮ ਵਾਲੇਕੁਮ। ਤੁਹਾਡੀ ਕਾਲ ਆ ਰਹੀ ਆ, ਮਿਹਰਬਾਨੀ ਸਰ। ਐਤ ਕੀ ਕਾਰ ਕੋ ਇਸ ਤਰ੍ਹਾਂ ਦਾ ਆਇਆ ਕੁਛ? ਹੈ ਲੋ ਕਾਰਡ ਪਹਿਲੇ ਤਾਂ ਉਹਦੇ ਨਾ ਪਾਵਾਂ, ਅਸੀਂ ਤਾਂ ਮੇਰਾ ਲਾ ਦਿਓ ਸਮਾਨ। ਹੈਲੋ ਜੀ ਅੰਕਲ ਜੀ, ਬੜੀ ਮਿਹਰਬਾਨੀ, ਅਸੀਂ 150 ਕਿਲੋਮੀਟਰ ਦੂਰ ਬੈਠੇ ਹਾਂ ਸੀ ਕੱਲ੍ਹ, ਤੁਸੀਂ ਫੋਨ ਟਾਈਮ ਨਾਲ ਕੀਤਾ ਸਾਨੂੰ, ਅਸੀਂ ਸਵੇਰੇ ਸਵੇਰੇ ਇੱਥੇ ਆਏ ਹਾਂ, ਤਕਰੀਬਨ ਅਸੀਂ ਚੀਚਾ ਵਤਨੀ ਆ ਗਏ ਸੀ। ਚੀਚਾ ਵਤਨੀ ਅਸੀਂ ਉਹ ਪਰ ਕੱਸੋਵਾਲ, ਪਾਰਸਲ ਅਸਾਂ ਜੀ ਤਿੰਨੇ ਹੀ ਰਿਸੀਵ ਕਰ ਲਏ ਨੇ, ਔਰ ਅਸੀਂ ਤਾਂ ਮਗਰ ਬੈਠੀ ਨਜ਼ਰ ਹੀ ਕੋਈ ਨਹੀਂ ਆਉਂਦੀ ਪਈ, ਵੇਖੋ ਪਤਾ ਨਹੀਂ ਕਿਹਦੇ ਲੁਕੀ ਬੈਠੀ ਹੈ, ਬੜਾ ਔਖੇ ਹੋ ਕੇ ਜਾ ਰਹੇ ਹਾਂ, ਅਤੇ ਕਿਉਂਕਿ ਸਾਡੇ ਜਿਹੜਾ ਨਾ ਪਿੰਡ ਵਾਲੇ ਰਿਕਸ਼ਾ ਵਗੈਰਾ ਕੋਈ ਨਹੀਂ ਜਾਂਦਾ, ਤਾਂ ਕਰਕੇ ਫਿਰ ਮੋਟਰਸਾਈਕਲ ਦੇ ਉੱਤੇ ਹੀ ਲੱਦ ਲੈ ਨੇ, ਅਤੇ ਇਨਸ਼ਾਅੱਲਾ ਚੱਲਦੇ ਹਾਂ ਸਕੂਨ ਨਾਲ ਜਾ ਕੇ, ਫਿਰ ਤਸੱਲੀ ਨਾਲ ਇਹਨਾਂ ਨੂੰ ਓਪਨ ਕਰ ਲਈਏ। ਚੱਲ ਇਹਦੇ ਘਰ ਟੁੱਟ ਪਾ ਜਾਂ ਪੀਰ ਫਾਈਨਲੀ ਜੀ 3 ਬੋਰੇ ਅਸੀਂ ਲੈ ਕੇ ਆ ਚੁੱਕੇ ਹਾਂ ਅਲਹਮਦੁਲਿਲਾ। ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਕੀ ਹੈ? ਕੋਈ ਬੰਦਾ ਤਾਂ ਨਹੀਂ ਡੱਕਿਆ ਹੋਇਆ? ਲੋਕ ਹਾਂ, ਹੁਣ ਤਾਂ ਬੋ ਚੁੱਪ ਹੋ ਗਿਆ, ਅੱਗੇ ਬੋਲਦਾ ਪਿਆ, ਬੋਲਦਾ ਪਿਆ। ਇਹਦੇ ਵਿੱਚ ਮੇਰਾ ਖਿਆਲ ਖਿਲੌਣੇ ਨੇ, ਹੈ ਨਾ ਖਿਲੌਣੇ ਨੇ। ਇੱਕ ਬੋਰਾ ਜੀ ਅਸੀਂ ਓਪਨ ਕਰਾਂਗੇ ਇਸੇ ਵੀਡੀਓ ਦੇ ਵਿੱਚ, ਇਹ ਬੰਮਾ ਦਲੀ ਵਾਲਾ, ਕਿਉਂਕਿ ਵੀਡੀਓ ਸਾਡੀ ਕਾਫੀ ਲੰਬੀ ਹੋ ਜਾਣੀ ਹੈ, ਉਹ 2 ਬੋਰੇ ਜਿਹੜੇ ਨਾ ਉਹ ਅਸੀਂ ਨੈਕਸਟ ਵੀਡੀਓ 'ਚ ਓਪਨ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਕਹਿੰਦੇ ਨਾ ਸਭ ਤੋਂ ਪਹਿਲੇ ਪੇੜ ਪੂਜਾ ਫਿਰ ਕਾਮ ਪੂਜਾ, ਅਤੇ ਨਾਸ਼ਤਾ ਕਰ ਲਈਏ ਫਿਰ।
ਇਹਦੂ ਵੇਖੋ ਤੁਸੀਂ ਛੁਰੇ ਚਾਕੂਆਂ ਲੈ ਕੇ ਤੇ ਦੁਆਲੇ ਹੋਇਆ ਬੈਠੇ ਮਮਾ ਦਲੀ ਐਤਕੀ ਆਂਦਾ ਮੈਂ ਹੀ ਓਪਨ ਕਰਨੇ ਨੇ ਸਾਰੇ ਤੂੰ ਵੀ ਗੰਗੜਿਆ ਓਪਨ ਕਰਨਾ ਹੈ ਤੂੰ ਹੀ ਓਪਨ ਕਰਨਾ ਹੈ ਹੈ ਕਿੰਨੇ ਰਾਜ਼ੀ ਨੇ ਬੱਚੇ ਐ ਵੀ ਵੇਖ ਖਾਈਆਂ ਖੜੀਆਂ ਨੇ ਰਾਜ਼ੀ ਹੋ ਕੇ ਉਹ ਬੰਦਾ ਵਿੱਚ ਮਾਰ ਜਿਸੇ ਬੜਾ ਐਕਸਾਈਟਡ ਹੋਇਆ ਬੈਠਾ ਹੈ ਮਮਾ ਦਲੀ ਭਾਈ ਸਿਰਫ ਖਿਡੌਣੇ ਕੱਢ ਲਾ ਆਪਣੇ ਬਾਕੀ ਤੇਰੀ ਕੋਈ ਸ਼ਾਇਦ ਪਰਾਂ ਹੋ ਜਾਵੇ ਦੂਰ ਦੂਰ ਹੋ ਜਾਵੇ ਦੂਰ ਹੋ ਜਾਵੇ ਕੋਟ ਆ ਗਏ ਤਾਂ ਮੰਮਾ ਦਲੀ ਦਾ ਪੂਰਾ ਸਭ ਤੋਂ ਪਹਿਲੇ ਖਿਡੌਣੇ ਨਿਕਲੇ ਨੇ ਬਿਸਮਿਲਾ ਜੀ ਆਹ ਬੰਦੂਕ ਹੈ ਹੈ ਰਮੋਟ ਜਿਹਾ ਹੀ ਬੋਲਦਾ ਦੇਖ ਲਓ ਵੀ ਇਹ ਕੀ ਚੀਜ਼ ਹੈ ਇਹ ਮੇਰੇ ਖਿਆਲ ਕੋਈ ਚੀਜ਼ ਹੋਰ ਹੈ ਕਿ ਗੱਡੀ ਗੁੱਡੀ ਨਾ ਕਰੇ ਨਾ ਇਹ ਸਾਰਾ ਕੁਝ ਬਾਹਰ ਚ ਓਪਨ ਕਰਨੇ ਆ ਇਹ ਸਾਰਾ ਕੁਝ ਤੂੰ ਲੈ ਕੇ ਚਲਾ ਜਾ ਠੀਕ ਹੈ ਬਸ ਇਹ ਕੀ ਹੈ ਵਾਹ ਜੀ ਵਾਹ ਮਮਾ ਦਲੀ ਹੁਣ ਬਸ ਖਿਡੌਣੇ ਮੁੱਕ ਗਏ ਖਿਡੌਣੇ ਮੁੱਕ ਗਏ ਖਿਡੌਣੇ ਬਾਅਦ ਖੈਰ ਜੀ ਸਬਰ ਨਹੀਂ ਹੋਇਆ ਗਿਆ ਕਿਸੇ ਤੋਂ ਵੀ ਹੁਣ ਅਸੀਂ ਸ਼ੁਰੂ ਕਰ ਦਿੱਤਾ ਬੋਰਾ ਓਪਨ ਕਰਨਾ ਸਭ ਤੋਂ ਪਹਿਲੇ ਦੇਖੋ ਕੀ ਕੁਝ ਆਇਆ ਅਲੀ ਹੁਣ ਖਾਮੋਸ਼ ਰਹਿਣਾ ਖਿਲੌਣੇ ਤੂੰ ਲੈ ਲਿਆ ਹੁਣ ਖਾਮੋਸ਼ ਰਹਿ ਜਰਸੀ ਓਪਨ ਕਰ ਪੰਖੇ ਦੀ ਆਵਾਜ਼ ਜ਼ਿਆਦਾ ਹੈ ਕਿ ਥੋੜ੍ਹਾ ਮੱਠਾ ਕਰ ਦੇਈ ਹੈ ਇਹ ਅੰਮੀ ਨੂੰ ਦੇਣਾ ਤੂੰ ਚੱਲ ਇੰਨਾ ਕੁ ਬੜਾ ਮੱਠਾ ਮੱਠਾ ਚੱਲਦਾ ਰਿਹਾ ਕਿਉਂਕਿ ਆਡੀਅੰਸ ਨੂੰ ਸਮਝ ਵੀ ਆਵੇ ਨਾ ਇਹ ਸੂਟ ਹੈ ਓਪਨ ਕਰਕੇ ਸਹੀ ਤਰ੍ਹਾਂ ਦਿਖਾ ਖਿਲਾਰ ਕੇ ਦਿਖਾ ਨਾ ਕਿੱਦਾਂ ਦਾ ਹੈ ਦੁਪੱਟਾ ਤਾਂ ਹੈ ਨਾ ਰੇਸ਼ਮੀ ਦੁਪੱਟਾ ਅੰਮੀ ਨੂੰ ਕੋਲ ਬਿਠਾ ਲਈਏ ਉਹ ਪਿਛਲੀ ਵਾਰ ਤਰ੍ਹਾਂ ਨਾ ਹੋਏ ਅੰਮੀ ਨੂੰ ਕੋਲ ਵਾਹ ਇਹ ਕੀ ਚੀਜ਼ ਨਿਕਲੀ ਆਸੀਆ ਦੁਪੱਟਾ ਇਹ ਵੀ ਨਿਕਲਿਆ ਜੀ ਸੂਟ ਗਰਮ ਹੈ ਕਿ ਗਰਮੀਆਂ ਦਾ ਹੈਗਾ ਰੇਸ਼ਮੀ ਦਿਖਾਵੀ ਦਿਖਾਵੀ ਆਸੀ ਦਿਖਾਵੀ ਸਿਰਫ ਵੇਖੂਆ ਦਿਖਾਵੀ ਕੀ ਚੀਜ਼ ਹੈਗੀ ਸੋਨੇ ਦੀਆਂ ਚੂੜੀਆਂ ਅਸੀਂ ਖਾਸ ਦਿਖਾਵੀ ਉਹ ਕਿੰਨਾ ਵਜ਼ਨੀ ਹੈਗਾ ਇਹ ਤਾਂ ਅਸੀਂ ਓਪਨ ਕਰ ਖਾਵਾਂ ਮਦਲੀ ਉਹ ਅਸੀਂ ਦੇ ਨਾਲ ਦਾ ਹੈਗਾ ਅਸੀਂ ਦੇ ਨਾਲ ਦਾ ਹੈਗਾ ਵੇਖ ਨਾ ਇਹ ਸੂਟ ਦੇ ਨਾਲ ਦਾ ਵਾਹ ਆਸੀਆ ਦਾ ਤਾਂ ਮਜ਼ੇ ਹੋ ਗਏ ਅਣਸੀਤਾ ਠੀਕ ਹੈ ਅੱਛਾ ਰੇਸ਼ਮੀ ਸੂਟ ਹੈ ਨਾਈਸ ਜ਼ਬਰਦਸਤ ਮਾਸ਼ਾਅੱਲਾ ਨੈਕਸਟ ਕਿੰਨੀ ਰਾਜ਼ੀ ਹੈ ਆਸੀਆ ਬੇਗਮ ਤੇ ਹੈ ਵਾਹ ਜੀ ਵਾਹ ਇਹ ਵੀ ਸੂਟ ਆ ਗਿਆ
ਹਾਂਜੀ ਲੈ ਵੇਖਾ ਮਾਸ਼ਾ ਤੇਰੇ ਨਾਪ ਦਾ ਜੀ ਥੋੜਾ ਜਿਹਾ ਖੁਲੇਰਾ ਖੁਲੇਰਾ ਹੈ ਲੈ ਲੈਣ ਦਾ ਜ਼ਬਰਦਸਤ ਬਸ ਸੂਟ ਹੈ ਮੁਕੰਮਲ ਹੋ ਗਿਆ ਇਹ ਸੂਟ ਹੈਗਾ ਮੇਰਾ ਖਿਆਲ ਚੈੱਕ ਕਰ ਖਾਂ ਇੱਕ ਅੱਗੇ ਆ ਨਾ ਸਿਲਿਆ ਹਾਂਜੀ ਇਹ ਅੰਮੀ ਦਾ ਹੈਗਾ ਬਿਲਕੁਲ ਹੈ ਜੀ ਅੰਮੀ ਦਾ ਸੂਟ ਹੈ ਹਾਂਜੀ ਇਹ ਦੁਪੱਟਾ ਇਹ ਪੂਰਾ ਮੁਕੰਮਲ ਸੂਟ ਇੱਧਰ ਦੇ ਦਿਓ ਇੱਕ ਹੋਰ ਹੈਗਾ ਸੀ ਅੰਮਾ ਦਾ ਲਈ ਦਿਓ ਤਿੰਨ ਦੋ ਚੀਜ਼ਾਂ ਜਿਹੜੀਆਂ ਨੇ ਅੰਮੀ ਦੀ ਉਹਨੇ ਸਪੈਸ਼ਲੀ ਮਾਂ ਜੀ ਨੇ ਆਖਿਆ ਵੀ ਹੈਗੀਆਂ ਤੇ ਉਹ ਵੇਖਦੇ ਹਾਂ ਉਹ ਫਿਰ ਵੇਖਦੇ ਹਾਂ ਅਸਮਾ ਇਹ ਪਕੜ ਅੰਮੀ ਦੇ ਵਾਲੇ ਕਰ ਬਾਅਦ ਫਿਰ ਰੌਲਾ ਪੈ ਜਾਂਦਾ ਹੈਗਾ ਇਹ ਬੜਾ ਨਾਈਸ ਦੁਪੱਟਾ ਨਿਕਲਿਆ ਇਹਦਾ ਕਾਢ ਖਬਲਾ ਸੂਟ ਵੱਡਾ ਹੈ ਕਿ ਛੋਟਾ ਹੈ ਕਿ ਪੂਰਾ ਹੈ ਕਿ ਨਿੱਕਾ ਹੈ ਕਿੱਦਾਂ ਹੈ ਅਣਸੀਤਾ ਹੈ ਅੰਮੀ ਦੇ ਆਉਣੇ ਇਹ ਵੀ ਅਣਸੀਤਾ ਅੰਮੀ ਦੇ ਅੱਗੇ ਵਾਲੇ ਇੱਕ ਅਣਸੀਤਾ ਇੱਕ ਅਣਸੀਤਾ ਹੈ ਨਾ ਅੱਗੇ ਸੀਤਾ ਹੋਇਆ ਦੋ ਸੂਟ ਉਹਨਾਂ ਦੱਸਿਆ ਵੀ ਅੰਮੀ ਦੇ ਹੈਗੇ ਇਹ ਲੀ ਲੈਣ ਦਾ ਸੂਟ ਹੈ ਮੁਕੰਮਲ ਇਹ ਲੈ ਫੜ ਆਸਮਾ ਇਹ ਵੀ ਲੈ ਲਾ ਹਾਂਜੀ ਇਹ ਛੋਟਾ ਜਿਹਾ ਇਹ ਕੋਕੋ ਨੂੰ ਪੂਰਾ ਉਸੀ ਫਿਲਾਰ ਕਵਲਾ ਨਹੀਂ ਇਹ ਕਿੰਨੂ ਫਿਲਾਰ ਸਹੀ ਨਹੀਂ ਇਮਾਨ ਨੂੰ ਫਾਤਮਾ ਕੀ ਈਦ ਵੇਖਾਂ ਇਮਾਨ ਫਾਤਮਾ ਆਏਗਾ ਅੱਛਾ ਹੁਣ ਦੇਖਾ ਉਹਨਾਂ ਕੋਲ ਕੋਈ ਨੀ ਕੱਪੜੇ ਬਿਲਕੁਲ ਉਹਨਾਂ ਕੋਲ ਕੱਪੜੇ ਕੋਈ ਨੀ ਹੈਗੇ ਹੈ ਕਿਹਦੇ ਨਾਲ ਦਾ ਆਪਾਂ ਵੱਡੀ ਪੈਣ ਕਰ ਰੱਖਣੇ ਆ ਠੀਕ ਹੈ ਨਾ ਓਹੋ ਵਿਖਾਵੀ ਜੁੱਤੀ ਤੇ ਵਿਖਾ ਲਾਇਕ ਹਾਂ ਆ ਸੀਆ ਦੇ ਪੂਰੇ ਬੂਟ ਆ ਗਏ ਉਹ ਵੀ ਵੇਖ ਲੈਨੇ ਆ ਦੂਜਿਆਂ ਬੋਰਿਆਂ ਸ਼ਾਇਦ ਹੋਵੇ ਕਿਹੜਾ ਇਹ ਸੂਟ ਹੈ ਕਿ ਇਹ ਚਾਦਰ ਨਹੀਂ ਸੂਟ ਹੀ ਹੈ ਸੂਟ ਐਂਡ ਵਲੇਟ ਸ਼ਰਟ ਨਹੀਂ ਆਪਾਂ ਕੱਲਿਆਂ ਕੀ ਕਰਨੇ ਆਣਗੇ ਇਹ ਕਿੰਦੇ ਨਾਲ ਦਾ ਸੂਟ ਹੈਗਾ ਕਾਟਨ ਦਾ ਇਹ ਕਾਟਨ ਦਾ ਸ਼ਾਇਦ ਅੰਮੀ ਕਾਣ ਅੰਮੀ ਦੇ ਦੇ ਛੱਡਣ ਅੱਗੇ ਤਿੰਨ ਸੂਟ ਸਹੀ ਹੈ ਹਾਂਜੀ ਚਲ ਰੱਖ ਲਾ ਕੋਈ ਮਾਂ ਕਾਣ ਰੱਖ ਲਵੀ ਹਾਂਜੀ ਹਾਂ ਸਹੀ ਹੋ ਗਿਆ ਇਹ ਵੀ ਸੂਟ ਅਣਸੀਤਾ ਸਿਲਿਆ ਸੀਤਾ ਹੋਇਆ ਇਹ ਇੱਕ ਵਾਰੀ ਤੂੰ ਓਪਨ ਕਰ ਲੈ ਨਾ ਇਹਦੇ ਰੱਖੀ ਆ ਸਿਆ ਇੱਕ ਵਾਰੀ ਇਹਦੇ ਰੱਖੀ ਆ ਫਿਰ ਬਾਅਦ ਵਿੱਚ ਆਪਾਂ ਦੁਬਾਰਾ ਫਿਰ ਪੈਕ ਕਰ ਲਈ ਸਾਂ ਜਿਹਨੂੰ ਜਿਹਨੂੰ ਦੇਣੇ ਉਸ ਹਿਸਾਬ ਨਾਲ ਜਾਇ ਨਮਾਜ਼ ਸੁਬਹਾਨ ਅੱਲਾ ਜੀ ਸੁਬਹਾਨ ਅੱਲਾ ਖਿਲਾਰੀ ਖਿਲਾਰੀ ਇਹ ਤੇ ਮੇਰੀ ਫੇਵਰੇਟ ਚੀਜ਼ ਆ ਗਈ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ
ਕਿਆ ਬਾਤ ਹੈ, ਮੰਮਾ ਦਲੀ ਵਾਸਤੇ ਵੀ ਆ ਗਿਆ, ਇੱਕ ਮੇਰੇ ਲਈ ਆ ਗਿਆ। ਸੁਭਾਨ ਅੱਲਾ, ਥੈਂਕ ਯੂ ਸੋ ਮਚ ਜੀ, ਸਭ ਤੋਂ ਜ਼ਿਆਦਾ ਹਾਂਜੀ, ਸਭ ਤੋਂ ਪਿਆਰਾ ਗਿਫਟ ਮੈਨੂੰ ਆਇਆ ਲੱਗਿਆ ਜੀ। ਕਿਆ ਬਾਤ ਹੈ ਜੀ, ਜਾਇ ਨਮਾਜ਼ ਮੇਰੇ ਕੋਲ ਸਾਰੇ ਪੁਰਾਣੇ ਹੋਏ ਪਏ ਸੀ, ਨਵਾਂ ਜਾਇ ਨਮਾਜ਼ ਆ ਗਿਆ, ਮਾਸ਼ਾਅੱਲਾ ਸੂਟ ਹੋ ਗਿਆ। ਇਹ ਸਾਰੇ ਮੇਰੇ ਖਿਆਲ ਅਣਸਿਲੇ ਸੂਟ ਹੈ ਜੀ, ਇਹ ਸਿਲਿਆ ਹੋਇਆ ਹੋਣਾ, ਨਹੀਂ ਦੁਪੱਟਾ ਹੈ ਇਹ ਵੀ ਸਿਲਿਆ ਹੋਇਆ, ਇੱਕ ਖੁੱਲਾ ਹੈ ਤੇ ਫਿਰ ਅੰਮੀ ਦਾ ਹੋਵੇਗਾ, ਅੰਮੀ ਦਾ ਹੀ ਆ। ਚਲੋ ਜੇ ਨਹੀਂ ਚੁੰਨੀ ਤਾਂ ਫਿਰ ਕੀ ਆ, ਲੈਸ ਕਰਕੇ ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਐਕਸਲ ਦਾ ਬਿਲਕੁਲ ਮੈਨੂੰ ਇਹ ਪੂਰਾ ਪੂਰਾ, ਔਰ ਮੇਰਾ ਫੇਵਰੇਟ ਕਲਰ ਵੀ, ਮਾਸ਼ਾਅੱਲਾ। ਇੱਕ ਅੱਗੇ ਵੀ ਆਇਆ ਅਗਲਿਆਂ ਬੋਰਿਆਂ ਚ, ਉਹ ਸੰਭਾਲਿਆ ਹੋਇਆ ਬਸ ਠੀਕ ਹੈ, ਐਤਕੀ ਮੇਰੀਆਂ ਸਰਦੀਆਂ ਅੱਲਾ ਕੀਤਾ ਸਹੀ ਚੱਲਣਗੀਆਂ। ਹਾਂਜੀ ਮੰਮਾ ਦਾ ਲੀਨ ਸ਼ਰਟ ਪੂਰੀ ਸਹੀ ਹੈ, ਹਾਂ ਤੇਰੀ ਸ਼ਰਟ ਪੂਰੀ ਚੈੱਕ ਕਰ ਲਾ ਤੇਰਾ ਹੈ ਤਾਂ, ਹਾਂ ਇਹ ਤਾਂ ਵੱਡਾ ਸਾਰਾ ਹੈ, ਇਹ ਅੰਮੀ ਵਾਸਤੇ ਆ, ਇਹ ਵੱਡਾ ਸਾਰਾ ਨਾਲ ਦੁਪੱਟਾ ਕੋਈ ਨੀ ਨਾ, ਇੱਥੇ ਹੋਣਾ ਦੁਪੱਟਾ ਇਹਦੇ ਨਾਲ ਦਾ ਹਾਈ ਵੇਖਿਆ ਹਾਈ ਗਿਆ, ਉਹ ਹੋਰ ਹੈ ਇਹ ਅਣਸੀਤਾ ਹੈ। ਹਾਂਜੀ ਮਾਸ਼ਾਅੱਲਾ ਜੀ, ਪੂਰਾ ਸਾਰਾ ਸਮਾਨ ਹੀ ਨਾਈਸ ਆ, ਜ਼ਬਰਦਸਤ, ਬਹੁਤ ਹੀ ਪਿਆਰਾ, ਅਸੀਂ ਉਹਨਾਂ ਦੇ ਬੇਹੱਦ ਜੀ ਸ਼ੁਕਰ ਗੁਜ਼ਾਰ ਆ। ਇਹ ਕੀ ਚੀਜ਼ ਹੈ ਦਿਖਾਵੇਂ, ਖੱਦਰ ਹੈ ਨਹੀਂ ਨਹੀਂ ਇਹ ਕੋਈ ਹੋਰ ਹੈਗੀ ਵਰਾਇਟੀ, ਬਾਕੀ ਇਹ ਸਰਦੀਆਂ ਦੀ ਹੈ ਭਾਈ ਸਾਹਿਬ, ਜ਼ਬਰਦਸਤ ਹੈਗਾ। ਹਾਂਜੀ ਇਹ ਵੀ ਖਾ ਖਬਰਾਂ ਬੰਦਿਆਂ ਦਾ, ਸਵਾਣੀਆਂ ਦਾ ਨਹੀਂ ਬੰਦਿਆਂ ਵਾਲਾ, ਵਾਹ ਜੀ ਵਾਹ, ਮੇਰੇ ਵਾਸਤੇ ਵੀ ਗਿਫਟ ਆਏ ਨੇ, ਐਵੇਂ ਜੀ ਗੱਲ ਨੀ, ਕਾਟਨ ਦੇ ਸੂਟ, ਇਹ ਬਿਲਕੁਲ ਕਾਟਨ ਦੇ ਹੀ ਆ, ਲੋਨ ਹੈ, ਲੋਨ ਕਾਟਨ ਨੀ, ਲੋਨ ਲੋਨ ਇਹ ਵੀ ਮਰਦਾਵਾਂ ਹੁੰਦੇ ਆ, ਲੋਨ ਇਹ ਵੀ ਮਰਦਾਵਾਂ ਹੁੰਦੇ ਆ, ਸਹੀ ਆ, ਦੋ ਸੂਟ ਤੇ ਜ਼ਬਰਦਸਤ ਆਇਆ। ਇਹ ਹੋ ਗਿਆ ਬੋਰਾ ਖਾਲੀ, ਠੀਕ ਹੈ, ਇਹ ਹੁਣ ਸਾਰਾ ਸਮਾਨ ਇੱਕ ਵਾਰ ਕੁੰਜ, ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਰੋਟੀ ਖਾ ਰਹੀ ਹੈ ਮੋੜ ਕਰਨੇ, ਹਾਂਜੀ ਅੱਗੇ ਤਾਂ ਸਾਡੇ ਕੋਲ ਰਿਹਾ ਨਹੀਂ, ਟੇਟੇ ਸਪੀਡ ਇਹਨਾਂ ਦੀ ਪਰ ਰੁਪਈ ਖੜੀ ਆਈ ਵੀ ਇਹਨਾਂ ਨੇ ਰੋਟੀ, ਚਲੋ ਠੀਕ ਹੈ ਮੈਂ ਹੀ ਖਾ, ਆ ਸਿਮੈਂਟ ਦੇ ਵਿੱਚ ਮੂੰਹ ਬਣਾ ਲੈਂਦੀ ਹੈ, ਸਹੀ ਗੱਲ ਹੈ, ਉਹਦੇ ਵਿੱਚ ਨਾ ਕੌਣ ਜਾਣੇ, ਜਿਹਨੂੰ ਜਿਹਨੂੰ ਦੇਣੇ ਨੇ ਉਸ ਹਿਸਾਬ ਨਾਲ ਇਹਨਾਂ ਨੂੰ ਪੈਕ ਕਰਨੇ ਆ, ਫਿਰ ਵਿੱਚ ਕੁੰਜੀ ਜਾਂਦੇ ਫਾਇਦਾ, ਹਾਂ ਚਲੋ ਵਿੱਚ ਹੀ ਰੱਖ ਦੇ, ਬਾਅਦ ਵਿੱਚ ਓਪਨ ਕਰਕੇ ਦੁਬਾਰਾ ਦੇ ਦਿੱਤਾ, ਇੱਕ ਵਾਰ ਸਿਰਫ ਅਸੀਂ ਆਪਣੀ ਆਡੀਅੰਸ ਨੂੰ ਵਿਖਾ ਰਹੇ ਹਾਂ, ਅਸੀਂ ਇਹ ਦਿਖਾ ਖਾਂ, ਇਹ ਤਾਂ ਪੂਰੀ ਪੂਰੀ ਜੈਕਟ ਹੈ, ਹਾਂਜੀ ਇਹ ਤਾਂ ਪੂਰੀ ਪੂਰੀ ਜੈਕਟ, ਆ ਜਾ ਸੀਗੀ, ਸਾਈਜ਼ ਕਿਹੜਾ ਮੈਂ ਵੇਖ ਲੈਂਦਾ, ਸਾਈਜ਼ ਉੱਪਰ ਲਿਖਿਆ ਹੋਇਆ ਕੋਈ ਨਹੀਂ ਹੈ,
ਚਲੋ ਬਾਰ ਦੇਖ ਲਵਾਂਗੇ, ਨਹੀਂ 14 ਤੋਂ 15 ਸਾਲਾਂ ਤੱਕ ਹੈ ਮੇਰੀ ਉਮਰ, ਮਾਸ਼ਾਅੱਲਾ ਕਿੰਨੀ ਲੰਮੀ ਹੈ। ਅਸੀਂ ਤਾਂ ਉੱਤੇ ਚਾੜ ਲਿਆ ਗਿਆ, ਹੈਰਬਾਨ ਹੈ, ਵਾਹ ਜ਼ਬਰਦਸਤ। ਹਾਂਜੀ ਸਾਰੇ ਇਹਦੇ ਵਿੱਚ ਕੁੰਜਦੇ ਦੁਬਾਰਾ ਸੇ। ਹਾਂਜੀ ਆ ਮਮਾ ਨਾਲੀ ਪਤਾ ਕੀ ਬਿਹਾਂਦਾ ਹੈ, ਇਹ ਕਹਿੰਦੇ ਤੂੰ ਇਹਨੂੰ ਬਣਵਾ ਦਿਓ, ਇਹ ਕਹਿੰਦੇ ਤੂੰ ਇਹ ਕਹਿੰਦੇ ਚਲੋ ਜਿਹੜੇ ਚਵਾਂਦਾ ਬਣਵਾ ਦੇਵਾਂਗੇ, ਕਿਹੜਾ ਰੋਲਾ। ਅੱਛਾ ਕਰੀਮ ਕਲਰ ਪਾਣਾ, ਕਰੀਮ ਕਲਰ ਤਾਂ ਤੇਰਾ ਭੁੱਲ ਜਵਾ ਦੇ ਬਸ। ਚਲੋ ਕੋਈ ਗੱਲ ਨਹੀਂ, ਚੱਲ ਖੈਰ ਆ ਨੀਲਾ ਉਹ ਪਾ ਲੈ ਸਿਆਏ। ਹਾਂ ਕੋਈ ਮਸਲਾ ਨਹੀਂ, ਮੇਰਾ ਪੁੱਤਰ ਰਾਜ਼ੀ ਮੈਂ ਰਾਜ਼ੀ। ਮੈਂ ਯਾਰ ਰਿਬੜ ਜੀ ਮੈਨੂੰ ਦੇ ਕਿਉਂ ਖਰਾਬ ਕਰਦਾ ਪਿਆ, ਹਿਫਾਜ਼ਤ ਨਾਲ ਜਿਹੜਾ ਸਹੀ ਸਲਾਮਤ ਕਾਢ ਲਈਏ, ਕਿਉਂਕਿ ਕੰਮ ਵੀ ਆ ਸਕਦੀ ਹੈ, ਬੜੀ ਇਹ ਕੀਮਤੀ ਚੀਜ਼ ਆ। ਪਹਿਲਾਂ ਰੱਖ ਇਹਨੂੰ ਸੰਭਾਲ ਕੇ ਉੱਤੇ ਰੱਖ ਦੇ। ਓਏ ਵਾਹ ਜੀ ਵਾਹ, ਮੇਰੀ ਧੀ ਨੂੰ ਦੇਣੇ ਨੀ ਕੱਪੜੇ ਆਸੀਆ, ਕਿੰਨੇ ਪਿਆਰੇ ਸੀ ਲੈਣੀ ਹੈ, ਐਵੇਂ ਹਾਰ ਵੀ ਨਾਲ ਹੈ, ਮੈਚ ਕਰ ਗਿਆ ਮਾਸ਼ਾਅੱਲਾ ਹੈ, ਵਾਹ ਜੀ ਵਾਹ। ਇਹਨੂੰ ਨਹੀਂ ਦਿੱਤੇ ਨੇ, ਸੂਟ ਨਿਕਲਿਆ ਨੀ ਹੈ, ਆ ਸੂਟ ਇਹਨੂੰ ਦੇ ਚ ਇਹਨੂੰ ਪੂਰਾ, ਇਹਨੂੰ ਕਮੀਜ਼ ਲਾ ਕੇ ਨਾਲ ਵੇਖੀ, ਇਹਨੂੰ ਪੂਰਾ ਹੋਣਾ ਸ਼ੌਕ। ਹਾਂ ਪੂਰਾ ਪੂਰਾ ਨਾਨੀ ਕੋਈ ਫਾਤਮਾ ਵਸੀ, ਕਿੱਡੇ ਪਿਆਰੇ ਹਨ ਮਾਸ਼ਾਅੱਲਾ, ਇਵੇਂ ਪਾਣ ਸ਼ਮੀਜ਼ ਹੋਣੀ ਹੈ, ਆਹੋ ਸ਼ਮੀਜ਼ ਹੈ। ਪਤਾ ਨਹੀਂ ਕਿਵੇਂ ਦਾ ਸੂਟ ਹੈਗਾ, ਆਪੇ ਸੀ ਲਈ ਸੀ, ਉਹ ਸਹੀ ਹੈ ਨਾ, ਤੇਰੇ ਤਾਂ ਕੋਈ ਪਿਆਰੇ ਹੈਣ ਮਾਸ਼ਾਅੱਲਾ, ਵੇ ਕਿਵੇਂ ਜ਼ਿਕਰਾਂ ਵੀ ਰਾਜ਼ੀ ਹੁੰਦੀ ਹੈ, ਸੋਹਣੇ ਹਨ। ਅੱਛਾ ਹੋਰ ਵੀ ਨਿਕਲ ਸੈਣ ਦੂਸਰਿਆਂ ਬੋਰਿਆਂ ਚੋਂ, ਫਿਰ ਹੋਰ ਆਹ ਕਿੰਨੀ ਰਾਜ਼ੀ ਹੋ ਕੇ ਬੈਠੀ ਹੈ, ਬੂਟ ਵੇਖਦਾ ਵਾਹ ਜੀ ਵਾਹ। ਆਸੀਆ ਤੇ ਬੜੀ ਟੌਰ ਕੱਢੀ ਬੈਠੀ ਹੈ ਮਾਸ਼ਾਅੱਲਾ, ਹੈਂ ਦੁਪੱਟਾ ਕਰਕੇ। ਬਾਕੀ ਇਹ ਵਲੌਗ ਸਾਡਾ ਜੀ ਇੱਥੇ ਐਂਡ ਹੁੰਦਾ, ਅਗਲੇ ਵਲੌਗ ਹੈ ਤੁਸੀਂ ਅਗਲਾ ਵਲੌਗ ਵੇਖਣਾ ਨਹੀਂ ਭੁੱਲਣਾ, ਅਤੇ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਬੋਰੇ ਇਨਸ਼ਾਅੱਲਾ ਓਪਨ ਕਰਕੇ ਅਗਲੇ ਵਲੌਗ ਵਿੱਚ ਤੁਹਾਨੂੰ ਦਿਖਾਉਣ ਵਾਲੇ। ਰੋਟੀ ਖਾ ਲਈਏ ਅਤੇ ਅਗਲਾ ਵਲੌਗ ਹੁਣੇ ਹੀ ਸ਼ੁਰੂ ਕਰਦੇ ਹਾਂ, ਠੀਕ ਹੈ ਨਾ। ਇਹ ਲੇਕਿਨ ਵਲੌਗ ਤੁਹਾਨੂੰ ਮਿਲ ਚੁੱਕਿਆ, ਅਗਲਾ ਵਲੌਗ ਤਕਰੀਬਨ ਰਾਤ 9-10 ਵਜੇ ਦਰਮਿਆਨ ਇਨਸ਼ਾਅੱਲਾ ਅਪਲੋਡ ਹੋ ਜਾਵੇਗਾ। ਅਤੇ ਇਜਾਜ਼ਤ, ਖੁਦਾ ਹਾਫਿਜ਼, ਅੱਲਾ ਨਿਗਹਬਾਨ।